ਹਾਂਜੀ ਮੇਰੇ ਸਾਰੇ ਪਿਆਰੇ ਵਿਦਿਆਰਥੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਅੱਜ ਦੀ ਇਸ ਵੀਡੀਓ ਦੇ ਵਿੱਚ ਆਪੇ ਕਹਾਣੀ ਪੜਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਪਿਆਸਾ ਕਾਂ ਕਹਾਣੀ ਦਾ ਕੀ ਨਾਮ ਹੈ ਪਿਆਸਾ ਕਾਂ ਇਹ ਕਹਾਣੀ ਇੱਕ ਕਾਂ ਦੀ ਹੈ ਇੱਕ ਕਾਂ ਪਾਣੀ ਦੀ ਭਾਲ ਵਿੱਚ ਉੱਡ ਰਿਹਾ ਹੈ ਬਹੁਤ ਗਰਮੀ ਹੈ ਦੂਰ ਦੂਰ ਤੱਕ ਕਿਧਰੇ ਪਾਣੀ ਨਹੀਂ ਹੈ ਕੀ ਹੈ ਕਹਾਣੀ ਕਿੱਥੋਂ ਸ਼ੁਰੂ ਹੁੰਦੀ ਹੈ ਕਿ ਇੱਕ ਕਾਂ ਹੈ ਬਹੁਤ ਹੀ ਗਰਮੀ ਦਾ ਦਿਨ ਹੈ ਤੇ ਉਹ ਬਹੁਤ ਹੀ ਪਿਆਸਾ ਹੈ ਇਸ ਨੂੰ ਬਹੁਤ ਪਿਆਸ ਲੱਗੀ ਹੈ ਤੇ ਇਹ ਪਾਣੀ ਨੂੰ ਲੱਭਦਾ ਹੋਇਆ ਇਧਰ ਉਧਰ ਉੱਡ ਰਿਹਾ ਹੈ ਪਰ ਉਸ ਨੂੰ ਕਿਤੇ ਵੀ ਪਾਣੀ ਨਹੀਂ ਮਿਲ ਰਹਾ ਫਿਰ ਉਹ ਕੀ ਕਰਦਾ ਹੈ ਕਹਿੰਦਾ ਹੈ ਚਲ ਮਣਾ ਪਾਣੀ ਦੀ ਭਾਲ ਕਰ ਕਾਂ ਉੱਡਦਾ ਉੱਡਦਾ ਫਿਰ ਸੋਚਦਾ ਹੈ ਕਿ ਪਾਣੀ ਤੇ ਲੱਭਣਾ ਹੀ ਪੈਣਾ ਹੈ ਹੈਨਾ ਉਹ ਕਹਿੰਦੇ ਚਲ ਮਣਾ ਆਪਣੇ ਆਪ ਨਾਲ ਗੱਲਾਂ ਕਰਦਾ ਹੈ ਕਿ ਪਾਣੀ ਨੂੰ ਲੱਭ ਭਾਲ ਹੁੰਦਾ ਹੈ ਲੱਭਣਾ ਠੀਕ ਹੈ ਉਡਦਾ ਇੱਕ ਬਾਗ ਵਿੱਚ ਪਹੁੰਚਦਾ ਹੈ ਇੱਕ ਵੱਡੇ ਮਟਕੇ ਨੂੰ ਵੇਖਦਾ ਹੈ ਖੁਸ਼ ਹੁੰਦਾ ਹੈ ਲੱਗਦਾ ਉਸ ਵਿੱਚ ਪਾਣੀ ਹੈ ਫਿਰ ਉਡਦਾ ਉਡਦਾ ਕਾਂ ਇੱਕ ਬਾਗ ਦੇ ਵਿੱਚ ਪਹੁੰਚਦਾ ਹੈ ਜਿੱਥੇ ਕਿ ਉਸ ਨੂੰ ਇੱਕ ਮਟਕਾ ਦਿਖਦਾ ਹੈ ਤੇ ਉਹ ਸੋਚਦਾ ਹੈ ਕਿ ਲੱਗਦਾ ਹੈ ਇਹਦੇ ਵਿੱਚ ਪਾਣੀ ਹੈ ਠੀਕ ਹੈ ਇਹ ਦੇਖ ਕੇ ਉਹ ਖੁਸ਼ ਹੋ ਜਾਂਦਾ ਹੈ ਫਿਰ ਪਾਣੀ ਪੀਣ ਦੀ ਕੋਸ਼ਿਸ਼ ਕਰਦਾ ਹੈ ਪਾਣੀ ਬਹੁਤ ਥੋੜਾ ਹੈ ਅਤੇ ਬਹੁਤ ਹੀਠਾ ਹੈ ਹੁਣ ਕੀ ਕਰਾਂ ਕਿਵੇਂ ਪੀਵਾਂ ਪਾਣੀ ਕਾਲੂ ਦਿਮਾਗ ਲਗਾ ਸੋਚ ਠੀਕ ਹੈ ਦੇਖੋ ਕਾਂ ਨੂੰ ਇੱਕ ਮਟਕਾ ਦਿਖਦਾ ਹੈ ਇਹਦੇ ਵਿੱਚ ਪਾਣੀ ਹੈ ਪਾਣੀ ਥੋੜਾ ਹੈ ਕਾਂ ਦੀ ਚੁੰਝ ਪਾਣੀ ਤੱਕ ਨਹੀਂ ਪਹੁੰਚ ਰਹੀ ਹੁਣ ਫਿਰ ਕਾਂ ਸੋਚਦਾ ਹੈ ਵੀ ਕੀ ਕਰਾਂ ਉਹ ਦਿਮਾਗ ਲਗਾ ਉਹ ਆਪਣੇ ਆਪ ਨਾਲ ਫਿਰ ਗੱਲਾਂ ਕਰਦਾ ਕਾਲੂ ਦਿਮਾਗ ਲਗਾ ਸੋਚ ਕਿ ਪਾਣੀ ਕਿਵੇਂ ਉੱਤੇ ਆ ਸਕਦਾ ਹੈ ਉਹ ਆਪਣੀ ਪਿਆਸ ਕਿਵੇਂ 부ਝਾ ਸਕਦਾ ਹੈ ਕਿਵੇਂ ਪਾਣੀ ਪੀ ਸਕਦਾ ਹੈ ਇੱਕ ਤਰਕੀਬ ਸੁਝੀ ਹੈ ਕਰਕੇ ਵੇਖਦਾ ਹਾਂ ਕੋਲ ਪਏ ਪੱਥਰ ਦੇ ਟੁਕੜੀ ਪਾਣੀ ਵਿੱਚ ਪਾਉਂਦਾ ਹੈ ਫੇ ਉਸ ਨੂੰ ਇੱਕ ਆਈਡੀਆ ਆਉਂਦਾ ਹੈ ਤਰਕੀਬ ਹੁੰਦਾ ਮਤਲਬ ਉਸ ਨੂੰ ਇੱਕ ਆਈਡੀਆ ਸੁੱਝਦਾ ਹੈ ਉਸਨੇ ਸੋਚਿਆ ਦਿਮਾਗ ਲਗਾਇਆ ਤੇ ਉਸ ਨੂੰ ਤਰੀਕਾ ਆਇਆ ਕਿ ਜਿਹੜੇ ਕੋਲ ਪੱਥਰ ਪਏ ਹਨ ਉਹ ਪਾਣੀ ਵਿੱਚ ਸੁੱਟ ਕੇ ਵੇਖਦਾ ਹਾਂ ਇਹਦੇ ਨਾਲ ਪਾਣੀ ਉੱਤੇ ਆ ਸਕਦਾ ਹੈ ਠੀਕ ਹੈ ਇੱਕ ਟੁਕੜਾ ਪਾਉਣ ਤੋਂ ਬਾਅਦ ਪਾਣੀ ਥੋੜਾ ਉੱਪਰ ਆਇਆ ਹੈ ਜਲਦੀ ਜਲਦੀ ਟੁਕੜੇ ਪਾਉਂਦਾ ਹਾਂ ਵਾਹ ਪਾਣੀ ਉੱਪਰ ਆ ਗਿਆ ਦੇਖੋ ਉਸਨੇ ਕੋਲ ਪਏ ਪੱਥਰ ਇੱਕ ਇੱਕ ਕਰਕੇ ਪਾਣੀ ਵਿੱਚ ਪਾਏ ਤਾਂ ਪਾਣੀ ਹੌਲੀ-ਹੌਲੀ ਉੱਤੇ ਆ ਗਿਆ ਤੇ ਹੁਣ ਕਾਂ ਦੇ ਚੁੰਝ ਆਸਾਨੀ ਨਾਲ ਪਾਣੀ ਤੱਕ ਪਹੁੰਚ ਸਕਦੇ ਸੀ ਕਾਂ ਨੇ ਰੱਜ ਕੇ ਪਾਣੀ ਪੀਤਾ ਠੀਕ ਹੈ ਰੱਜ ਕੇ ਪਾਣੀ ਪੀਂਦਾ ਹੈ ਤੇ ਖੁਸ਼ ਹੋ ਜਾਂਦਾ ਹੈ ਸੱਚੀ ਕਿ ਹੈ जिथे चाह उ रहा जेकर मुसीबत वेले गहरे दिमाग न सोचिए हर समस्या का हल निकलता है कोशिश करने वाले दी हार नहीं होंगी सो प्यारे बच्चों, तुसी भी जिंदगी दे विच हार नहीं मननी जेकर कोई अपना निश्चय बना लेने हां, कोई कम कर ठान हां, ਫਿਰ ਆਪਾਂ ਨੂੰ ਉਹਦੇ ਰਸਤੇ ਆਪਣੇ ਆਪ ਹੀ ਮਿਲਨੇ ਸ਼ੁਰੂ ਹੋ ਜਾਂਦੇ ਹਨ ਅਤੇ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਹਿੰਮਤ ਨਹੀਂ ਹਾਰਨੀ ਮੁਸੀਬਤਾਂ ਨੂੰ ਵੇਖ ਕੇ ਡਰਨਾ ਨਹੀਂ ਸਗੋਂ ਬਹਾਦਰ ਬਣ ਕੇ ਦਲੇਰ ਬਣ ਕੇ ਉਸ ਉਹਨਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਹੈ ਦਿਮਾਗ ਨਾਲ ਸੋਚਣਾ ਹੈ ਤੇ ਅੱਗੇ ਵਧਣਾ ਹੈ ਸੋ ਪਿਆਰੇ ਬੱਚੋ ਇਸ ਦੇ ਨਾਲ ਹੀ ਮੈਂ ਤੁਹਾਡੇ ਤੋਂ ਆਗਿਆ ਚਾਹਾਂਗੀ ਆਸ ਕਰਦੀ ਹਾਂ ਕਿ ਤੁਸੀਂ ਇਸ ਕਹਾਣੀ ਨੂੰ ਪਸੰਦ ਕੀਤਾ ਹੋਵੇਗਾ ਤੇ ਇਸ ਕਹਾਣੀ ਤੋਂ ਮਿਲੀ ਸਿੱਖਿਆ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਓਗੇ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਸਫਲ ਹੋਵੋਗੇ ਅਤੇ ਕਦੇ ਵੀ ਤੁਹਾਡੀ ਹਾਰ ਨਹੀਂ ਹੋਵੇਗੀ 올 ది ਬੈਸਟ